Cek, cek. ਆਜੋ ਇਸ ਦਰਬਾਰ ਤੋਂ ਮੈਨੂੰ ਜੋ ਕੁਝ ਮਿਲਿਆ ਉਹ ਤੁਸੀਂ ਬਖੂਬੀ ਜਾਣਦੇ ਹੋ ਔਰ ਸਾਡੇ ਵੱਡੇ ਭਾਅ ਜੀ ਲਖਵਿੰਦਰ ਬਡਾਲੀ ਭਾਅ ਜੀ ਉਹ ਬਖੂਬੀ ਜਾਣਦੇ ਨੇ ਵੋਇਸ ਆਫ ਪੰਜਾਬ ਤੋਂ ਸਫ਼ਰ ਲੈ ਕੇ ਰਾਈਜ਼ਿੰਗ ਸਟਾਰ ਤੱਕ ਔਰ ਇਹ ਉਹਨਾਂ ਦੀ ਦੇਣ ਆ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਇਸ ਦਰਬਾਰ ਦੇ ਨਾਂ 'ਤੇ ਜਦੋਂ ਕਦੀ ਵੀ ਸਾਡੇ ਪਿੱਛੇ ਸਾਡੀ ਸਟਰਗਲ ਆਉਂਦੀ ਹੈ ਇਸ ਦਰਬਾਰ ਦਾ ਨਾਮ ਜ਼ਰੂਰ ਆਉਂਦਾ ਜਿਹੜੇ ਜਿਹੜੇ ਵੀ ਇੱਥੋਂ ਬਣੇ ਨੇ ਉਹ ਕਦੀ ਦੇਣਾ ਨਹੀਂ ਦੇ ਸਕਦੇ ਇਹਨਾਂ ਰੂਹਾਂ ਦਾ ਇਹਨਾਂ ਪੀਰਾਂ ਫਕੀਰਾਂ ਦਾ ਇਹਨਾਂ ਦਰਬਾਰਾਂ ਦਾ ਜਿਨ੍ਹਾਂ ਤੋਂ ਸਟਾਰਟ ਕੀਤਾ ਜਰਨੀ ਕਿਹਨਾਂ ਕਿਹਨਾਂ ਨੇ ਵੋਟਾਂ ਕੀਤੀਆਂ ਪਹਿਲਾਂ ਰਾਈਜ਼ਿੰਗ ਸਟਾਰ ਦੇ ਵਿੱਚ ਮੈਨੂੰ ਲੱਗਦਾ ਕਿ ਮੇਰੇ ਇਲਾਕੇ ਦੇ ਸਾਰੇ ਬੈਠੇ ਨੇ ਥੈਂਕ ਯੂ ਸੋ ਮੱਚ ਤੁਹਾਡੇ ਕਰਕੇ ਰਾਈਜ਼ਿੰਗ ਸਟਾਰ ਬਣਿਆ ਤੁਹਾਡੀ ਸਪੋਰਟ ਦੇ ਨਾਲ ਤੁਹਾਡੀ ਵੋਟ ਦੇ ਨਾਲ ਇੱਕ ਵਾਰੀ ਆਪਣੇ ਨਾਂ 'ਤੇ ਜ਼ੋਰਦਾਰ ਤਾੜੀ ਮਾਰ ਦਿਓ ਟਾਈਮ ਬਹੁਤ ਕੰਜਸਟਡ ਹੈ ਬਹੁਤ ਸਾਰੇ ਕਲਾਕਾਰ ਮੇਰੇ ਤੋਂ ਪਹਿਲਾਂ ਉਸਤਾਦ ਮਾਸਟਰ ਸਲੀਮ ਜੀ ਔਰ ਸਾਡੇ ਤੋਂ ਬਾਅਦ ਵਿੱਚ ਵੀ ਖਾਨ ਸਾਹਿਬ ਵੀਰਾ ਬਹੁਤ ਸਾਰੇ ਪਿੱਛੇ ਦਿਲਜਾਨ ਬਹੁਤ ਸਾਰੀ ਲਾਈਨ ਲੱਗੀ ਹੋਈ ਹੈ ਅਤੇ ਥੋੜ੍ਹੀਆਂ ਥੋੜ੍ਹੀਆਂ ਹਾਜ਼ਰੀਆਂ ਲਾ ਕੇ ਆਪਾਂ ਕਬੂਲ ਕਰਦੇ ਹਾਂ ਬਸੇ ਜਾਤੇ ਇਨ ਅੱਖਨੋਂ ਮੇ ਸਾਫੋਂ ਮੇ ਲਕੀਰੇ ਇਨ ਹੱਥੋਂ ਕਿਸ ਜਾਤੋਂ ਮੇ ਬਸ ਯੂੰ ਬਜਾ ਜਬੇ ਜੀ ਥੀ ਦੁਆ ਬਜਾ ਕੇ ਆਸਮਾ ਸੇ ਯੂੰ ਟਕਰਾ ਗਈ ਹੈ ਆ ਗਈ ਹੈ ਲੌਟ ਕੇ ਸਦਾ ਮੇਰੀ ਰੂਹ ਕਾ ਪਰਿੰਦਾ ਫੜ ਫੜਾਏ ਲੇਕਿਨ ਸਕੂਨ ਕਾ ਜਜ਼ੀਰਾ ਮਿਲ ਨਾ ਪਾਏ ਵੇ ਕੀ ਕਰਾਂ ਵੇ ਕੀ ਕਰਾਂ ਮੇਰੀ ਰੂਹ ਕਾ ਪਰਿੰਦਾ ਫੜ ਫੜਾਏ ਲੇਕਿਨ ਸਕੂਨ ਕਾ ਜਜ਼ੀਰਾ ਮਿਲ ਨਾ ਪਾਏ ਵੇ ਕੀ ਕਰਾਂ ਵੇ ਕੀ ਕਰਾਂ ਇੱਕ ਵਾਰ ਤੋਂ ਤਸੱਲੀ ਤੋਂ ਦਿਖਾ ਦੇ ਝੂਠੀ ਸਹੀ ਮਗਰ ਤਸੱਲੀ ਤੋਂ ਦਿਲਾ ਦੇ ਵੇ ਕੀ ਕਰਾਂ ਵੇ ਕੀ ਕਰਾਂ ਰਾਂਝਣ ਦੇ ਯਾਰ ਬੁੱਲਿਆ ਸੁਣ ਲੈ ਪੁਕਾਰ ਬੁੱਲਿਆ ਰਾਂਝਣ ਦੇ ਯਾਰ ਬੁੱਲਿਆ ਸੁਣ ਲੈ ਪੁਕਾਰ ਬੁੱਲਿਆ ਤੂੰ ਹੀ ਤੋ ਯਾਰ ਬੁੱਲਿਆ ਮੁਰਸ਼ਦ ਮੇਰਾ ਤੇਰਾ ਮੁਕਾਮ ਕਮਲੇ ਸਰਹੱਦ ਦੇ ਪਾਰ ਬੁੱਲਿਆ ਪਰਵਰਦਿਗਾਰ ਬੁੱਲਿਆ
हाफिज तेरा मुर्शद मेरा सांसों ने कहा मुख मोड़ लिया कोई राह नजर नहीं आई साईं जी सांसों ने कहा रुख मोड़ लिया कोई राह नजर नहीं आए धड़कन ने कहा दिल छोड़ दिया कहां छोड़े इन जिस्मों में साए यही बार बार सोचता हूं तन्हा मैं यहां तेरे साथ साथ चल रहा यादों का धुआं जो भेजी थी दुआ वो जाके आसमां से यूं टकरा गई के आ गई है लौट के सदा जो भेजी थी दुआ वो जाके आसमां से यूं टकरा गई के आ गई है लौट के सदा वो और जोरदार ताड़ी मारो दरबार के नाम से सो इस दरबार से आना सिर्फ नसीबा का खेड है लखा ही आसा मुरादा पूरी होंगे ने साडे दरम्यान एग्जाम्पल है भाजी हुणी लखविंदर बटाली जी एक बार जोरदार ताड़ी मारो भाजी के नाम से गल सुन वाली है एक नवा कलाम है इस दरबार लई बिल्कुल तैयार किया रेडी गल दीवानियां दी करन जा रहे हैं केड़ा केड़ा साईं जी का दीवाना है एक बार हाथ उत्ते करो केड़ा केड़ा साईं जी का दीवाना है इस दरबार के दीवाने ने एक बार हाथ उत्ते करो सारे ने मेरे नाल ताड़ी दे नाल की कहना है दीवाना होना पैंदा मस्ताना होना पैंदा ना खुदा मसीते लभदा ते ना खुदा विच काबे ना खुदा कुरान किताबा ते ना खुदा नमाज़े ना खुदा मैनू तीरथ डिठा ऐवें भेंडे जागे हो बुले शाह जद मुर्शद मिलिया ते छुट्टे सब तगान एक गल दीवानिया दी है अरे भाई मेरे ना ताड़ी देना लगा वन टू थ्री दीवाना होना पैंदा है मस्ताना दीवाना होना पैंदा है मस्ताना होना पैंदा है दीवाना हो जिस रूप च राजी यार होवे जिस रूप च राजी यार होवे ओ फेस वटाउणा पैंदा है दीवाना होना
ਲੋਕ ਇਸ਼ਕ ਦੇ ਲੱਗ ਜਾਂਦੇ ਪਰ ਦਰਦ ਵੰਡਾਉਣੇ ਸੌਖੇ ਨਹੀਂ। ਥੈਂਕ ਯੂ। ਰੋਗ ਇਸ਼ਕ ਦੇ ਲੱਗ ਜਾਂਦੇ ਪਰ ਦਰਦ ਵੰਡਾਉਣੇ ਸੌਖੇ ਨਹੀਂ। ਰੁੱਸ ਜਾਵਣ ਜੇ ਇੱਕ ਵਾਰੀ ਫਿਰ ਯਾਰ ਮਨਾਉਣੇ ਸੌਖੇ ਨਹੀਂ। ਰੋਗ ਇੱਕ ਵਾਰ ਗੱਲ ਸੁਣਨ ਵਾਲੀ ਬਾਜੀ ਕਹਿੰਦਾ ਰੋਗ ਇਸ਼ਕ ਦੇ ਲੱਗ ਜਾਂਦੇ ਪਰ ਦਰਦ ਵੰਡਾਉਣੇ ਸੌਖੇ ਨਹੀਂ। ਰੁੱਸ ਜਾਵਣ ਜੇ ਇੱਕ ਵਾਰੀ ਫਿਰ ਯਾਰ ਮਨਾਉਣੇ ਸੌਖੇ ਨਹੀਂ। ਯਾਰ ਕੋਕਰੂ ਤੇ ਵਾਲੀਆਂ ਵੀ ਗਈਆਂ, ਟੱਕਰੇ ਵੀ ਗਏ, ਫੁੱਲਕਾਰੀਆਂ ਵੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਲੀਆਂ, ਉਹ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ। ਉਹ ਚੱਲ ਬਾਬਾ ਲਾ ਦੀਵਾਨੇ, ਉਹ ਕੀ ਬਣੂ, ਉਹ ਕੀ ਬਣੂ, ਕੀ ਬਣੂ ਦੁਨੀਆਂ ਦਾ। ਹਾਏ ਅੱਲਾ ਬਿਸਮਿਲਲਾ ਤੇਰੀ ਜੁਗਨੀ, ਸਾਈ ਮੇਰਾ ਵਾਲਿਆ ਵੇ ਜੁਗਨੀ, ਸਾਈ ਮੇਰਾ ਵਾਲਿਆ ਜੁਗਨੀ। ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ, ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ, ਜੋ ਅਲੜ ਪੁਣੇ ਵਿੱਚ ਲਾਈਆਂ ਤੋੜ ਨਹੀਂ ਪਾਈ ਵੇ, ਜੋ ਅਲੜ ਹਾਏ ਮੈਂ ਤੇਰੀ ਤੂੰ ਮੇਰਾ ਰਚਨਾ ਦਰਬਾਰ ਦੀ ਜਿਹਨੂੰ ਜਿਹਨੂੰ ਚੰਗਾ ਲੱਗਿਆ ਇੱਕ ਵਾਰੀ ਤਾੜੀ ਮਾਰ ਦਿਓ। ਥੈਂਕ ਯੂ ਸੋ ਮਚ। ਇੱਕ ਗਾਣਾ ਬੜਾ ਦਿਲ ਦੇ ਕਰੀਬ ਹੈ, ਗਾਣਾ ਮੇਰੇ ਬੜੇ ਦਿਲ ਦੇ ਸਾਡੇ ਵੀ ਦਿਲ ਦੇ ਕਰੀਬ ਹੋਣਾ, ਜਿਹਨੇ ਜਿਹਨੇ ਸੁਣਿਆ ਨਾਲ ਗਾਉਣਾ। ਐਸੇ ਲਹਿਰਾਂ ਕੇ ਵੋ ਰੂਬ ਰੂ ਆ ਗਏ, ਧੜਕਣੇ ਬੇਤਹਾਸ਼ਾ ਤੜਪਨੇ
लगी तीर ऐसा लगा दर्द ऐसा जगा चोट दिल पे जो खाई मजा गया हमें तुमसे प्यार कितना पाजी थोड़े लिए लेना रे ये हम नहीं जानते मगर जी नहीं सकते तुम्हारे बिना हाँ तुम ही हो रश्के कमर तूने पहली नजर मेरे रश्के कमर जब नजर से मिलाई मजा आ गया मेरे रश्के कमर तूने पहली मेरे रश्के कमर तूने पहली नजर जब नजर से मिलाई मजा आ गया ओ मेरे रश्के कमर तूने पहली नजर मेरे रश्के कमर तूने पहली नजर जब नजर से मिलाई मजा गया जब बर्क सी गिर गई काम ही कर गई बर्क सी गिर गई काम ही आग ऐसी लगाई मजा आ गया मेरे रश्के कमर तूने थैंक यू मजा आ गया देखी जावाना वो सामने आ गए हो धड़कने बेतहाशा तड़पने लगी तीर ऐसा लगा दर्द ऐसा जगा तीर ऐसा लगा दर्द ऐसा जगा चोट दिल पे जो खाई मजा आ गया मेरे रश्के कमर तूने जब नजर से मिलाई मजा आ गया रेत ही रेत थी तेरी हाक थी लौंगी नाम मेरा मेरे गड़पटा तेरे नाम तेरे दर ते पई कुरलौंदियां मैं मेरे गल पटा तेरे नाम वाला तेरे दर ते पई गुर लाउंदियां मैं मेरे गल पटा तेरे नाम वाला तेरे दर ते पई गुर लाउंदियां मैं मेरे मालिका तेरी अखूं जाने
ਤੈਨੂੰ ਪਾਉਂਦੀਆਂ ਕਿ ਨਹੀਂ ਪਾਉਂਦੀਆਂ ਮੈਂ ਤੈਨੂੰ ਪਾਉਂਦੀਆਂ ਕਿ ਨਹੀਂ ਪਾਉਂਦੀਆਂ ਤੈਨੂੰ ਪਾਉਂਦੀਆਂ ਕਿ ਨਹੀਂ ਮੇਰੇ ਰਸਤੇ ਕਮਲ ਤੂੰ ਨੇ ਪਹਿਲੀ ਨਜ਼ਰ ਜਬ ਨਜ਼ਰ ਸੇ ਮਿਲਾਈ ਮਜ਼ਾ ਆ ਗਿਆ ਇੱਕ ਆਉਣ ਵਾਲਾ ਗਾਣਾ ਭਾਜੀ ਬਸਤਾਈ ਸੁਣਾਉਂਗਾ ਇਹਨੇ ਖਾਸ ਰਿਕੂਲ ਨੈਕਸਟ ਮੰਥ ਮੇਰਾ ਗਾਣਾ ਆ ਰਿਹਾ ਸੋ ਹੋਪ ਹੈ ਕਿ ਜਿੱਦਾਂ ਤੁਸੀਂ ਰਾਈਜ਼ਿੰਗ ਸਟਾਰ ਦੇ ਵਿੱਚ ਪਿਆਰ ਦਿੱਤਾ ਹੈ ਅਤੇ ਇਵੇਂ ਹੀ ਮੇਰੇ ਗਾਣੇ ਨੂੰ ਪਿਆਰ ਦਿਓਗੇ ਵੇ ਤੇਰੇ ਪਿਆਰ ਚ ਸੱਜਣਾ ਕੀ ਕੁਝ ਖੋਇਆ ਕੀ ਕੁਝ ਪਾਇਆ ਪਹਿਲਾਂ ਜ਼ਿੰਦਗੀ ਵਿੱਚ ਗਮ ਥੋੜੇ ਸੀ ਜੋ ਤੂੰ ਲੈ ਆਇਆ ਵੇ ਮੈਨੂੰ ਕੀ ਪਤਾ ਸੀ ਮੇਰੇ ਬਿਨ ਲੰਘ ਜਾਣੇ ਨੇ ਤੇਰੇ ਦਿਨ ਤੇ ਸਾਡਾ ਹੋਣਾ ਇੰਨਾ ਬੁਰਾ ਵੇ ਜਿਹਨੂੰ ਕਹਿੰਦਾ ਸੀਗਾ ਜਾਨ ਉਹਦੀ ਕੱਢ ਕੇ ਜਾਨ ਤੁਰ ਗਿਆ ਤੂੰ ਤੇ ਗਹਿਰਾਨਾ ਜਿਹਨੂੰ ਕਹਿੰਦਾ ਸੀਗਾ ਜਾਨ ਉਹਦੀ ਕੱਢ ਕੇ ਜਾਨ ਤੁਰ ਗਿਆ ਤੂੰ ਤੇ ਗਹਿਰਾਨਾ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਦਰਬਾਰ ਦੇ ਨਾਂ ਤੇ ਇਹਨੇ ਕਾਜ਼ ਵੀ ਕਬੂਲ ਲਖਵਿੰਦਰ ਭਾਈ ਸਾਰੇ ਇਸ ਦਰਬਾਰ ਦੇ ਨਾਂ 'ਤੇ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਕਿਉਂਕਿ ਜੋ ਜੋ ਵੀ ਮਿਲਿਆ ਇਸ ਦਰਬਾਰ ਤੋਂ ਮਿਲਿਆ ਅਤੇ ਅੱਗੇ ਵੀ ਇਸ ਦਰਬਾਰ ਤੋਂ ਮਿਲਾਂ ਥੈਂਕ ਯੂ ਸੋ ਮੱਚ ਥੈਂਕ ਯੂ ਤਾੜੀਆਂ ਇੱਕ ਵਾਰੀ ਜਰਾ ਜ਼ੋਰ ਨਾਲ ਵਜਾਇਓ ਹੈਲੋ ਹੈਲੋ ਬੈਂਡ ਦੁਸਾਨ ਜਿਨ੍ਹਾਂ ਦੀ ਹਾਜ਼ਰੀ ਨੂੰ ਬਾਖੂਬੀ ਮਾਣਿਆ ਔਰ ਅਗਲੀ ਹਾਜ਼ਰੀ ਲਈ ਅਲੈਕਸ ਕੋਟੀ ਉਹਨਾਂ ਦਾ ਸੰਗੀਤ ਪਰਿਵਾਰ ਸਾਰਾ ਮੰਚ 'ਤੇ ਪਹੁੰਚ ਰਿਹਾ ਹੈ ਸੋ ਗੁਜ਼ਾਰਿਸ਼ ਹੈ ਕਿਹੋ ਜਿਹਾ ਮੰਚ ਦੀ ਔਰ ਇਹਨਾਂ ਤੋਂ ਬਾਅਦ ਜਸਵਿੰਦਰ ਬਰਾੜ ਜੀ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੀ ਤਿਆਰੀ ਰੱਖਣ ਕਿਉਂਕਿ ਸਰਕਾਰਾਂ ਵੱਲੋਂ ਜਿਵੇਂ ਜਿਵੇਂ ਹੁਕਮ ਹੈ ਕਿ ਇਹ ਸਮਾਂ ਵੀ ਜਿਹੜਾ ਕਿ ਨਿਆਜ਼ ਦੀ ਤਰ੍ਹਾਂ ਸਾਰਿਆਂ ਨੂੰ ਵੰਡਣਾ ਜਿੰਨਾ ਜਿੰਨਾ ਕੁ ਹਿੱਸੇ ਆ ਸਕੇ ਔਰ ਪਰ ਫਿਰ ਵੀ ਸਮਾਂ 'ਤੇ ਆਪਣੀ ਹੋਂਦ ਦਿਖਾਈ ਦਿੰਦਾ ਨਾ ਭਾਵੇਂ ਦਾਤਾ ਸਰਕਾਰ ਵੱਲੋਂ ਹੁਕਮ ਹੈ ਅੱਧੇ ਅੱਧੇ ਘੰਟੇ ਦੀ ਹਾਜ਼ਰੀ ਲਗਾਈ ਚਲੋ ਸਾਰਿਆਂ ਦੀ ਅੱਧੇ ਘੰਟੇ ਦੀ ਹਾਜ਼ਰੀ ਲਗਾਉਣ ਲਈ ਅਤੇ ਅੱਧਾ ਘੰਟਾ ਸਾਜ ਸੁਰ ਕਰਨ ਲਈ ਅਤੇ ਜਾਣਾ ਤਾਂ ਘੰਟਾ ਹੀ ਹੈ ਇੱਕ ਘੰਟਾ ਟਾਈਮ ਲੱਗ ਹੀ ਜਾਂਦਾ ਸੋ ਇਸੇ ਤਰ੍ਹਾਂ ਪਿਆਰ ਬਖਸ਼ਣਾ ਜਿੱਥੇ ਜਿੱਥੇ ਬੈਠੇ ਹੋ ਆਰਾਮ ਨਾਲ ਬੈਠਦੇ ਜਾਓ ਚੱਲਦੇ ਚੱਲਦੇ ਐਨ ਸੱਜਰੀ ਸਵੇਰ ਸਾਹਮਣੇ ਦਿਖਾਈ ਦਿੰਦੀ ਹੈ ਔਰ ਮੇਰਾ ਵੀਰ ਰਣਜੀਤ ਮਾਨ ਮਾਨ ਸਾਹਿਬ ਬਹੁਤ ਹੀ ਅੱਛੇ ਐਂਕਰ ਸਾਡੇ 'ਚ ਤਸ਼ਰੀਫ ਫਰਮਾਨ ਨੇ ਸੋ ਜੀ ਐਂ ਕਹਿੰਦੇ ਵੈਲਕਮ ਕਹਿੰਦੇ ਜੋ ਤੁਹਾਡੇ ਸਨਮੁਖ ਹਾਜ਼ਰ ਕਰਨਗੇ ਬਹੁਤ ਸੁਰੀਲੀ ਆਵਾਜ਼ ਮੇਰੇ ਛੋਟੇ ਭਾਈ ਅਲੈਕਸ ਕੋਟੀ ਜੀ ਨੂੰ